ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੋ ਇੱਕ ਵਾਰੀ ਫਿਰ ਤੋਂ ਚਰਚਾ ਦੇ ਵਿੱਚ ਹੈ, ਬੀਜੇਪੀ ਦੀ ਏਜੰਟ ਹੈ। ਫਿਲਮ ਆ ਰਹੀ ਹੈ ਐਮਰਜੈਂਸੀ, ਜੋ ਇੰਦਰਾ ਗਾਂਧੀ ਤੇ ਮੇਰੇ ਖਿਆਲ 'ਚ ਜੀਵਨੀ ਤੇ ਢੁੱਕਦੀ ਹੋਣੀ ਹੈ। ਫਿਲਮ ਤੇ ਰੋਕ ਲਾਉਣ ਦੀ ਮੰਗ ਵੀ ਹੈ, ਪਰੰਤੂ ਕਾਲਰ ਨੇ ਕੁਇਕਲੀ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ। ਪਤਾ ਨੀ ਉਹ ਪ੍ਰਬੰਧਕਾਂ ਨੂੰ ਪਤਾ ਕਰ ਲੈਣੇ ਵਾਰ ਲੱਗਣੀ ਹੈ ਕਿ ਨਹੀਂ ਲੱਗਣੀ। ਵੈਸੇ ਉੱਥੇ ਨਹੀਂ, ਵੇਖੋ ਜਿੱਦਾਂ ਗੇਮ ਤੁਸੀਂ ਜਾਣੇ ਹੋ, ਮਤਲਬ ਕਈਆਂ ਥਾਵਾਂ ਤੇ ਪਹਿਲਾਂ ਵੀ ਹੋਇਆ, ਇੱਥੇ ਆਪਣਾ ਹਰਸ਼ੀ ਸੈਂਟਰ ਦੇ ਵਿੱਚ ਮੈਨੂੰ ਯਾਦ ਆ ਜਦੋਂ ਹੋਇਆ ਸੀ, ਆਪਾਂ ਗੱਲ ਵੀ ਕੀਤੀ ਸੀਗੀ ਕਿ ਉਹਨਾਂ ਨੇ ਬਾਰ ਓਪਨ ਕੀਤੀ ਸੀ। ਬਾਰ ਓਪਨ ਦੇ ਵਿੱਚ ਤੁਸੀਂ ਜਾਓ, ਆਪਣਾ ਫਨ ਕਰੋ, ਜਿੱਦਾਂ ਨਜ਼ਾਰੇ ਲਓ, ਪਰ ਨਹੀਂ ਫਿਰ ਗੋਲਾ ਪਾਉਂਦੇ ਕਿ ਟਿਕਟ ਦੇ ਪੈਸੇ ਲੱਗ ਰਹੇ ਨੇ, ਕਿਉਂਕਿ ਗਰਾਊਂਡ ਤੋਂ ਫ੍ਰੀ ਨਹੀਂ ਮਿਲਦਾ। ਨਹੀਂ ਮੈਨੂੰ ਤੇ ਆ ਕਿ ਜਦੋਂ ਤੇ ਵੇਖੋ ਜੀ ਗੱਲ ਆ, ਆਪਾਂ ਤੇ ਹੈਗੇ ਆ ਮਤਲਬ ਸ਼ਾਂਤਮਈ ਤਰੀਕੇ ਨਾਲ ਤੁਰਨ ਵਾਲੇ। ਹਾਂਜੀ, ਸੱਪ ਦੀ ਪੂਛ ਤੇ ਪੈਰ ਰੱਖੋਗੇ ਤੇ ਉਹਨੇ ਫਨ ਖੜਾ ਹੀ ਕਰਨਾ। ਜੇ ਮੈਨੂੰ ਪੁੱਠਾ ਬੋਲੋਗੇ, ਕਾਲਰ ਆਈ ਡੀ ਬਲੌਕ ਕਰਕੇ ਤੁਸੀਂ ਆਹ ਪ੍ਰਮੋਟ ਕਰਦੇ ਹੋ ਜੀ, ਉੱਥੇ ਡਿੱਗੀਆਂ ਖੋਲਦੀਆਂ ਨੇ, ਆ ਜੀ ਤੁਸੀਂ ਇਸ ਸੰਸਥਾ ਨੂੰ ਪ੍ਰਮੋਟ ਕਰਦੇ ਹੋ ਜੀ, ਉਹ ਉਹਨਾਂ 'ਤੇ ਉਂਗਲੋ ਖੜੀ ਹੁੰਦੀ ਹੈ। ਉਹ ਭਾਈ ਅਸੀਂ ਤਾਂ ਸਵਾਲ ਕਰ ਲਾਂਗੇ, ਤੁਹਾਡੇ ਹੱਥਾਂ ਦੇ ਵਿੱਚ ਕੈਮਰੇ, ਤੁਸੀਂ ਨਾਲ ਵੀਡੀਓ ਖਿੱਚ ਕੇ ਪਾ ਦਿਓ, ਪਣੋ ਭਗਤ ਸਿੰਘ, ਹੈ ਨਾ? ਬਿਲਕੁਲ ਬਿਲਕੁਲ, ਸਾਨੂੰ ਜੀ ਕਾਲ ਕਰ ਦਿਓ, ਹੈ ਨਾ? ਫਿਰ ਇਹੀ ਇਹੀ ਬੰਦੇ ਸਾ ਇਹੀ ਨਾ ਅੰਦਰ ਉਹੀ ਪ੍ਰਬੰਧਕਾਂ ਨੂੰ ਦੱਸਦੇ ਹੁੰਦੇ, ਤੁਹਾਡੇ ਖਿਲਾਫ਼ ਬੋਲਿਆ, ਚਲੋ ਇਹਦੀ ਐਡਾਂ ਬੰਦ ਕਰਾਓ, ਫਲਾਣੇ ਨੂੰ ਕੋਈ ਐਡ ਬੰਦ ਕਰੇ, ਇਹਦੀ ਉਹੋ ਜਿਹਾ ਅਗਲਾ ਹੁੰਦਾ ਬੰਦ ਕਰ ਦਿੰਦਾ। ਪੁੱਛਣ ਦੇ ਬਜਾਏ ਭਾਈ ਕੀ ਗੱਲ ਹੋਈ ਯਾਰ, ਤੂੰ ਮਤਲਬ ਥੋੜਾ ਜਿਹਾ ਗਲਤੀ ਦੱਸੀ। ਚਾਵਲਾ ਜੀ, ਦਾਤੀ ਦੇ ਦੋ ਪਾਸੇ ਦੰਦੇ ਨੇ, ਇਹਨਾਂ ਦੇ ਕਈ ਕੀ ਪਾਸੇ ਨੇ। ਹਾਂ, ਇਹ ਗਿਰਗਟ ਤੋਂ ਵੀ ਭੈੜੇ ਨੇ। ਥੈਂਕ ਯੂ। ਓਕੇ ਜੀ। ਕਾਂਗਰਸ ਨੇ ਕਿਹਾ ਕੰਗਣਾ ਰਣੌਤ ਬੀਜੇਪੀ ਦੀ ਏਜੰਟ, ਐਮਰਜੈਂਸੀ ਫਿਲਮ ਤੇ ਰੋਕ ਲਾਉਣ ਦੀ ਮੰਗ, ਕੀ ਕਹਿਣਾ ਚਾਹੋਗੇ? ਇਹ ਤਾਂ ਖੈਰ ਠੀਕ ਆ, ਬੀਜੇਪੀ ਏਜੰਟ ਕਹਿਣਾ ਤਾਂ ਕੋਈ ਮਾੜੀ ਗੱਲ ਨਹੀਂ, ਠੀਕ ਆ, ਗੱਲ ਕਰਤੀ ਉਹਨੇ। ਇਹ ਮੀਡੀਆ ਦੀ ਡਿਪਾਰਟਮੈਂਟ ਦੀ ਵਾਈਸ ਪ੍ਰੈਜ਼ੀਡੈਂਟ ਸੰਗੀਤਾ ਸ਼ਰਮਾ ਕਾਂਗਰਸ ਦੀ, ਉਹ ਗੱਲ ਉਹਨੇ ਉਹਨੇ ਇੱਕ ਤਾਂ ਇਹਦੇ ਖਿਲਾਫ਼ ਜਿਹੜਾ ਹੈਗਾ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਮ 75 ਤੋਂ ਲੈ ਕੇ 70 ਤੱਕ ਲੱਗੀ ਐਮਰਜੈਂਸੀ ਦੇ ਆਧਾਰ ਤੇ ਬਣਾਈ ਜਾ ਰਹੀ ਹੈ। ਇੰਦਰਾ ਗਾਂਧੀ ਦਾ ਰੋਲ ਕਰ ਰਹੀ ਹੈ ਕੰਗਣਾ ਰਣੌਤ, ਭਾਰਤ ਦੀ ਸਭ ਤੋਂ ਸਟਰੋਂਗ ਜਿਹੜੀ ਪਾਰਟੀ ਸੀ ਉਹ ਸੀ ਸ਼੍ਰੋਮਣੀ ਅਕਾਲੀ ਦਲ। ਉਹਦਾ 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 ਜਿਹੜਾ ਹੈ ਉਸ ਵਕਤ ਦਾ ਰੋਲ ਇਹ ਕਿਵੇਂ ਦਿਖਾਉਂਦੇ ਨੇ, ਵੇਖਣ ਵਾਲੀ ਮੇਨ ਪੁਆਇੰਟ ਇਹ ਹੋਵੇਗਾ। ਹਾਂ, ਉਹ ਦਿਖਾਉਣਾ ਦੱਸਿਆ, ਉਹਨਾਂ ਦਾ ਮਤਲਬ ਇਹ ਨੀ ਹੈ ਚਾਵਲਾ ਸਾਹਿਬ ਦਾ, ਮਤਲਬ ਹੈ ਸਿਰਫ ਕਾਂਗਰਸ ਨੂੰ ਭੰਨਣਾ, ਕਿਸਮਤ ਮੇਰਾ ਖਿਆਲ ਆ ਇਹ ਫਿਲਮ ਦੇ ਵਿੱਚ। ਨਹੀਂ ਤੇ ਫਿਰ ਤੇ ਫਿਲਮ ਹੋ ਗਈ ਸਿਰਫ, ਉਹ ਤੇ ਮਨੋਰੰਜਨ ਫਿਲਮ ਹੋ ਗਈ ਨਾ। ਤੁਸੀਂ ਇਹ ਦੇਖੋ ਨਾ, ਤੁਸੀਂ ਜਿਹੜੀ ਕਸ਼ਮੀਰ ਫਾਈਲ ਬਣੀ ਆ ਉਹਦੇ ਵਿੱਚ ਇੱਕ ਪਾਸੜ ਦਾ ਇੱਕ ਪਾਸੜ ਹੈ, ਜਿਹੜਾ ਤਾਸ਼ਕੰਦ ਫਾਈਲ ਨੂੰ ਤੁਸੀਂ ਦੇਖ ਲਓ, ਟੋਟਲੀ ਕਾਂਗਰਸ ਦੇ ਵਿਰੁੱਧ ਹੈਗੀ ਆ ਉਹ। ਜਵਾਹਰ ਲਾਲ ਨਹਿਰੂ ਦੇ ਖਿਲਾਫ ਸਾਰਾ ਕੁਝ ਅੱਗੇ ਤੋਂ ਚੱਲਿਆ ਉਹਨਾਂ ਦੇ, ਜਿਹੜਾ ਲਾਲ ਬਹਾਦਰ ਸ਼ਾਸਤਰੀ, ਸੋਰੀ ਜਵਾਹਰ ਦੇ ਨੀ, ਅਗਲੀ ਅੱਗੇ ਨੂੰ ਲੀਡਰਸ਼ਿਪ ਪਾਈ ਆ ਤੇ ਉਹਨਾਂ ਦੇ ਖਿਲਾਫ਼ ਆ ਉਹ। ਬਲਕਿ ਹੁਣ ਇਹ ਬਾਇਓਪਿਕ ਬਣੀਆਂ ਨੇ, ਹੁਣ ਅਸਲ ਤੇ ਥੋੜੇ ਦੂਜੇ ਫਿਲਮਾਂ ਸੀਗੀਆਂ ਨਾ, ਆਪਣਾ ਹੋਰ ਤਾਂ ਨਹੀਂ ਪ੍ਰਮੁੱਖ ਸੰਗਣਾ ਬੜਾ ਕਰਦੀ ਸੀ, ਉਹਨਾਂ ਤੋਂ ਥੋੜਾ ਇੱਕ ਪਾਸੇ ਹਟ ਕੇ ਨਾ, ਮਨੀਕਰਨ ਕਾ ਜਿਵੇਂ ਝਾਂਸੀ ਰਾਣੀ ਆ ਉਹਨੇ ਬਾਇਓਪਿਕ ਕੀਤੀ ਆ, ਸਲਾਈ ਵੀ ਕੀਤੀ ਆ, ਉਹ ਜਿਹੜੀ ਸੀਗੀ ਜੈਲਲਤਾ ਉਹਦੇ ਉੱਪਰ ਕੀਤੀ ਆ, ਤੇ ਇਸੇ ਤਰ੍ਹਾਂ ਹੁਣ ਧਾਕੜ ਫਿਲਮ ਉਹਦੀ ਆਈ ਸੀਗੀ, ਧਾਕੜ ਫਿਲਮ ਬਿਲਕੁਲ ਹੀ ਉਹ ਸੀਗੀ, ਇਹਦੀ ਜਿਹੜੀ ਪ੍ਰੋਫੈਸ਼ਨਲ ਫਿਲਮ ਸੀਗੀ ਉਹ ਫੇਲ ਹੋ ਗਈ, ਬਿਲਕੁਲ ਹੀ ਨਲਾਇਕ ਸਾਬਤ ਹੋਈ ਆ ਫਿਲਮ ਉਹ। ਬਲਕਿ ਬਾਇਓਪਿਕ ਬਣਾ ਕੇ ਨਾ ਆਪਣੇ ਆਪ ਨੂੰ ਥੋੜੇ ਦਿਖਾਉਣਾ ਚਾਹੁੰਦੀ ਹੈ। ਇੱਕ ਤਾਂ ਹੈਗੇ ਨੇ ਜੀ ਆਪਣਾ ਜਿਹੜਾ ਅਨੁਪਮ ਖੇਰ, ਉਹ ਬਣਦੇ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਹ ਮਨਮੋਹਨ ਸਿੰਘ ਬਣ ਕੇ ਐਕਸੀਡੈਂਟਲ ਪ੍ਰੈਜ਼ੀਡੈਂਟ ਦੇ ਵਿੱਚ ਉਹਨਾਂ ਦਾ ਪੂਰਾ ਜਲੂਸ ਕੱਢਦੇ ਆ ਉਹ ਵੀ ਬੀਜੇਪੀ ਦੇ ਬੰਦੇ ਨੇ, ਠੀਕ ਹੈ ਜੀ। ਤੇ ਇੱਕ ਹੁਣ ਆ ਜਿਹੜੀ ਪੱਕੇ ਤੌਰ ਤੇ ਬੀਜੇਪੀ ਦੀ ਆ, ਇਹਨੂੰ ਪੂਰੇ ਮਿਲੇ ਹੋਏ ਨੇ ਜੀ, ਪੂਰੇ ਆਪਣਾ ਕਰੰਟ ਤੌਰ ਤੇ ਨਾਟਕ ਮੰਡਲੀ ਕਹਿ ਲੋ ਕਿ ਨਾਟਕ ਮੰਡਲੀ ਹੈ, ਜਿਹਨੇ ਕਹਿਤਾ ਉਹਦੇ ਹੱਕ 'ਚ ਨਾਟਕ ਇਹਨਾਂ ਨੇ ਨਾ, ਅਸਲ 'ਚ ਕਾਂਗਰਸ ਨੂੰ ਭੰਡਣ ਦਾ ਕੰਮ ਸ਼ੁਰੂ ਕੀਤਾ ਇਹਨਾਂ ਨੇ, ਇਹੀ ਗੱਲ ਆਖੀ ਆ। ਚਲੋ, ਸੰਗੀਤਾ ਸ਼ਰਮਾ ਨੇ ਵੀ ਸਾਨੂੰ ਕਿਹੜਾ ਦਿਖਾਓ ਫਿਲਮ ਜੀ, ਸਾਨੂੰ ਫਿਲਮ ਦਿਖਾਓ ਵੀ ਕਿਹੜੀ ਫਿਲਮ ਆ ਉਹ। ਟੀਜ਼ਰ ਦੇ ਵੀ ਸਾਨੂੰ ਲੱਗਿਆ ਕਿ ਤੁਸੀਂ ਤੁਸੀਂ ਸਾਡੇ ਕਾਂਗਰਸ ਦੇ ਖਿਲਾਫ਼ ਭੜਾਸ ਕੱਢੋਗੇ, ਗਲਤ ਕਰੋਗੇ ਤੁਸੀਂ, ਬਹੁਤ ਬਹੁਤ ਸ਼ੁਕਰੀਆ ਕੀਤਾ ਸਾਹਿਬ, ਧੰਨਵਾਦ, ਥੈਂਕ ਯੂ, ਸਮਾਂ ਨਹੀਂ ਆਗਿਆ ਨਹੀਂ ਦੇ ਰਿਹਾ, ਧੰਨਵਾਦ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।